ਭਾਅ ਜੀ ਮਟਰ ਵਾਲਾ ਸਾਡੇ ਜ਼ਮੀਨ ਹੈਗੀ ਮੜੀਆਂ ਵਾਲੇ ਖੂਹ ਤੇ ਉਪੋਜ ਮੱਲਾਂ ਵਾਲਾ ਰੋਡ ਭਗਤ ਸਿੰਘ ਕਲੋਨੀ ਜੀ ਸਾਡੇ ਸਾਡੇ ਚਾਚੇ ਦਾ ਬੇਟਾ ਜੀ ਉਹਨੇ ਮਰਡਰ ਕੀਤਾ ਸਵੇਰੇ ਕਿਸ ਚੀਜ਼ ਨਾਲ ਹੈ ਜੀ ਉਹਨੂੰ ਕੁਹਾੜੀ ਦਾ ਪੁੱਠਾ ਪਾਸਾ ਮਾਰਿਆ ਸੀ ਤੇ ਨਾਲ ਸਾਡੀ ਚਾਚੀ ਸੀ ਉਹਦੀ ਮਦਰ ਸੀ ਨਾਲ ਦੋਵੇਂ ਬੈਠੇ ਸਵੇਰੇ ਮੇਰੇ ਫਾਦਰ ਸਾਹਿਬ ਹੀ ਇਕੱਠੇ ਗਏ ਖੇਤ ਸਾਡੇ ਜਾਂ ਤੋਂ ਪਹਿਲੇ ਉੱਥੇ ਮੇਰੇ ਫਾਦਰ ਸਾਹਿਬ ਜਾਂ ਪਹਿਲੇ ਵੜੀਕਦੇ ਪਏ ਸੀ ਜਿਵੇਂ ਫਾਦਰ ਸਾਹਿਬ ਪਹੁੰਚੇ ਜਾਂਦੇ ਉਹਨਾਂ ਨਾਲ ਗੱਲ ਪੈ ਗਏ ਲਲਕਾਲਾ ਮਾਲਕਾ ਕੀ ਕਾਰਨ ਕੀ ਸੀ ਕਾਰਨ ਕੋਈ ਜੀ ਭਾਜੀ ਪਿੱਛੋਂ ਜ਼ਮੀਨਾਂ ਦਾ ਪਾਣੀ ਚੜਿਆ ਪਿਆ ਉਹ ਪਾਣੀ ਸੁੱਣਿਆ ਸਿੰਮ ਸਿੰਮ ਕੇ ਮਾੜਾ ਮੋਟਾ ਪੈਣੇ ਜ਼ਮੀਨਾਂ ਪੈ ਜੀ ਇਸ ਗੱਲੋਂ ਹੀ ਉਹ ਫਾਦਰ ਸਾਹਿਬ ਬੰਦ ਕਰਦੇ ਪਏ ਗਏ ਫਿਰ ਜਾ ਕੇ ਗੱਲ ਪੈ ਗਿਆ ਜੀ ਇਹਨੇ ਕਿਹਾ ਵੀ ਇਸ ਗੱਲ ਕੋਈ ਗੱਲ ਕਰਦੇ ਪੁਲਿਸ ਮੈਂ ਕਿ ਇਹਦੇ ਉੱਪਰ ਜੋ ਮੇਰੇ ਫਾਦਰ ਸਾਹਿਬ ਦਾ ਮਰਡਰ ਹੋਇਆ ਇਹਨੂੰ ਸਖਤ ਸਖਤ ਜੋ ਮਰਡਰ ਦੀ ਕਾਰਵਾਈ ਬੰਦੇ ਦੇ ਮਰਡਰ ਦੀ ਕਤਲ ਕੇਸ ਤੇ ਦੋਵਾਂ ਮਾਂ ਪੁੱਤਰਾਂ ਕੀਤਾ ਜਾਵੇ ਤੀਜਾ ਨਾਲ ਆਪਣੀ ਹੈਗਾ ਸਾਜ਼ਿਸ਼ ਕਰਤਾ ਜਿਹਨੇ ਸ਼ਾਇਦ ਇਹਨੇ ਕਿਹਾ ਕਿ ਦਲਵਾਰ ਸਿੰਘ ਕਹਿੰਦਾ ਮੈਂ ਆਪੇ ਸੰਭਾਲਾਂ ਲਲਕਾਰੇ ਮਾਰੇ ਇਹਨੇ ਉੱਥੇ ਕਿ ਮੈਂ ਆਪੇ ਸੰਭਾਲ ਤੁਸੀਂ ਕਰੋ ਜਿਹੜਾ ਕੋਈ ਕਰਨਾ ਹੈ ਜੀ ਉਹ ਹੈਗਾ ਪੁਲਿਸ ਆਪਣੇ ਪੁਲੇ ਬਿਜਲੀ ਬੋਰਡ 'ਚ ਮੁਲਾਜ਼ਮ ਜੀ ਜਿਨ੍ਹਾਂ ਨਾਲ ਮਰਡਰ ਹੋਇਆ ਮੇਰੇ ਪਿਤਾ ਸਮਾਨ ਮੇਰੇ ਤਾਇਆ ਸੀਗੇ ਪਿਓ ਦਾ ਦਰਜਾ ਪੂਰਾ ਸੀ ਉਹਨਾਂ ਦਾ ਅਤੇ ਕਿਹਨਾਂ ਵੱਲੋਂ ਕੀਤਾ ਗਿਆ ਮੇਰੇ ਛੋਟੇ ਬ੍ਰਦਰ ਵੱਲੋਂ ਨਰਿੰਦਰ ਸਿੰਘ ਵੱਲੋਂ ਮੈਂ ਮੌਕੇ 'ਤੇ ਸੀਗਾ ਗੱਲ ਕੁਛ ਨਹੀਂ ਤੁਹਾਨੂੰ ਪਤਾ ਝੋਨੇ ਦੀਆਂ ਫਸਲਾਂ 'ਚ ਮਾੜਾ ਮੋਟਾ ਪਾਣੀ ਦਾ ਵੱਟਾ ਤੁਹਾਨੂੰ ਸਿੰਮਦਾ ਹੀ ਰਹਿੰਦਾ ਜੀ ਹਾਲੇ ਕਿ ਤਾਏ ਨੇ ਇਹ ਵੀ ਕਹਿ ਪੁੱਤਰ ਕੋਈ ਨਹੀਂ ਮੇਰਾ ਮਾੜਾ ਸਿੰਮਦਾ ਮੈਂ ਪਾਣੀ ਬੰਦ ਕਰ ਦਿੰਦਾ ਕਿੱਡੀ ਕੋਈ ਗੱਲ ਹੈਗੀ ਹੈ ਉਹ ਛੋਟੇ ਬ੍ਰਦਰ ਨੇ ਬਸ ਕੋਈ ਗੱਲ ਨਹੀਂ ਸੁਣੀ ਉਹਨੂੰ ਸਿਰ 'ਤੇ ਅੰਦਰ ਕੁਹਾੜੀ ਦਾ ਦਸਤਾ ਮਾਰਿਆ ਜੀ ਉਹ ਮਾਂ ਮੰਮੀ ਸੀ ਮੇਰੀ ਅਤੇ ਛੋਟਾ ਬ੍ਰਦਰ ਸੀਗਾ ਜੀ ਮੰਗ ਬਸ ਇਹੀ ਪੁਲਿਸ ਕੋਲੋਂ ਵੀ ਜੋ ਪ੍ਰਸ਼ਾਸਨ ਕੋਲੋਂ ਸਾਡੇ ਉਹਨਾਂ ਨੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਰੈਸਟ ਕੀਤਾ ਜਾਵੇ ਇਹਨਾਂ ਅਤੇ ਪੂਰਾ ਸਹਿਯੋਗ ਮੇਰੇ ਜੀਜਾ ਜੀ ਦਾ ਦਿਲਬਾਗ ਸਿੰਘ ਦਾ ਹੈ ਸਾਰਾ ਕੰਮ ਉਹਦੇ ਥਰੂ ਹੁੰਦਾ ਪਿਆ ਇਹਨਾਂ ਨੇ ਖੁਦ ਸਾਨੂੰ ਮੈਨੂੰ ਅੱਜ ਉੱਥੇ ਇਹਨਾਂ ਨੇ ਕਿਹਾ ਵੀ ਸਰ ਮੇਰੇ ਬਾਜ ਸਿੰਘ ਨੇ ਖੁਦ ਛੋਟੇ ਬ੍ਰਦਰ ਨੇ ਖੁਦ ਕਿਹਾ ਬਾਜ ਸਿੰਘ ਨੇ ਕਿਹਾ ਵੀ ਇਹਨਾਂ ਨੂੰ ਬਖਸ਼ਣਾ ਨਹੀਂ ਇਹਨਾਂ ਨੂੰ ਜੋ ਹੁੰਦਾ ਇਹਨਾਂ ਨਾਲ ਕਰ ਲਓ ਤੁਸੀਂ ਪੂਰਾ ਸਹਿਯੋਗ ਹੈ ਬਾਗ ਸਿੰਘ ਦਾ ਦਿਲਬਾਗ ਸਿੰਘ ਬਿਜਲੀ ਬੋਰਡ ਵਿਭਾਗ 'ਚ ਨੌਕਰੀ ਕਰਦਾ ਜੀ ਪੁਲਿਸ ਨੂੰ ਇਹ ਮੰਗ ਕਰਨੇ ਵੀ ਸਾਡਾ ਬੰਦਾ ਤਾਂ ਚਲੋ ਚੱਲ ਵਸਿਆ ਜੀ ਪਰ ਜਿੰਨੀ ਛੇਤੀ ਹੁੰਦੀ ਉਹਨਾਂ ਦਾ ਅਰੈਸਟ ਪਾਈਏ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਅਸੀਂ ਆਪਦੀ ਜਾ ਕੇ ਘਰੇ ਜੋ ਹੋਏਗਾ ਕਾਰਵਾਈ ਘਰੇ ਜਾ ਕੇ ਕਰੀਏ ਮਰੀਜ਼ ਨੂੰ ਲਿਜਾ ਕੇ ਲਾਸ਼ ਨੂੰ ਪੇਸ਼ੈਂਟ ਨੂੰ ਇਹ ਕਹਿ ਸਕਦੇ ਕਿ ਹਾਂ ਵੀ ਇੱਕ ਥੋੜ੍ਹੀ ਜਿਹੀ ਜ਼ਮੀਨ ਪਿੱਛੇ ਬਿਲਕੁਲ ਜੀ ਨਰਿੰਦਰ ਸਿੰਘ ਸਾਨੂੰ ਕੁੰਦਨ ਸਿੰਘ ਹੈ ਇਹ ਦੁਲਚੀਕੇ ਰੋਡ 'ਤੇ ਰਹਿੰਦੇ ਨੇ ਇਹ ਆਰ ਐੱਸ ਸੀ ਕਾਲਜ ਦੇ ਲਾਗੇ ਇਹਨਾਂ ਦੇ ਖੇਤ ਨੇ ਅਤੇ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਸਵੇਰੇ ਵੀ ਲੜਾਈ ਝਗੜੇ ਦੀ ਡੈਥ ਹੋਈ ਹੈ ਜਿਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜਿਹੜਾ ਕੌਜ਼ ਆਫ ਡੈਥ ਹੈ ਜੋ ਚੀਜ਼ ਸਾਹਮਣੇ ਆਈ ਕਰ ਰਹੀ ਹੈ